ਸਸੀਕਾਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਅੱਜ ਮੈਂ ਨੌਜਵਾਨਾਂ ਨਾਲ ਖਾਸ ਤੌਰ ਤੇ ਗੱਲਬਾਤ ਕਰਨੀ ਹੈ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਬਹੁਤ ਟੈਲੈਂਟ ਹੈ ਬਹੁਤ ਡਿਰੜ ਇਰਾਦੇ ਨੇ ਉਹਨਾਂ ਦੇ ਬਹੁਤ ਜਨੂਨ ਹੈ ਕੁਝ ਕਰਨ ਦਾ ਕੁਝ ਬਣਨ ਦਾ ਬਹੁਤ ਪੋਟੈਂਸ਼ੀਅਲ ਹੈ ਪਰ ਕਿਤੇ ਨਾ ਕਿਤੇ ਮੌਕੇ ਮਿਲਣ ਦੇ ਵਿੱਚ ਘਾਟ ਰਹਿ ਜਾਂਦੀ ਹੈ ਸਾਡੇ ਪੰਜਾਬੀ ਅੱਜ ਤੋਂ 20 ਸਾਲ 25 ਸਾਲ 30 ਸਾਲ ਪਹਿਲਾਂ ਜਦੋਂ ਜਰਮਨੀ ਹਾਲੈਂਡ ਬੈਲਜੀਅਮ ਫਰਾਂਸ ਇਟਲੀ ਇਹਨਾਂ ਮੁਲਕਾਂ 'ਚ ਗਏ ਕੈਨੇਡਾ ਅਮਰੀਕਾ 'ਚ ਗਏ ਤਾਂ ਉਹਨਾਂ ਦੇ ਜੇਬ ਦੇ ਵਿੱਚ ਇੰਡੀਆ ਦੇ 10-10 ਰੁਪਏ ਦੇ ਨੋਟ ਸੀਗੇ ਉਹ 10 ਰੁਪਏ ਜਿਹੜੇ ਉਸ ਵੇਲੇ ਜਦੋਂ ਜਹਾਜ਼ ਦਿੱਲੀ ਦੇ 에어ਪੋਰਟ ਤੋਂ ਟਾਇਰ ਉੱਪਰ ਚੱਕ ਲੈਂਦਾ ਸੀ ਤਾਂ ਉਹ ਜੇਬ ਵਿੱਚ ਪਏ ਕਾਗਜ਼ ਬਣ ਜਾਂਦੇ ਸੀ ਕਿਤੇ ਨਹੀਂ ਚੱਲਦੇ ਸੀ ਫਿਰ ਵੀ ਉਹਨਾਂ ਨੇ ਜਾ ਕੇ ਉੱਥੇ 20-20 ਘੰਟੇ ਦੀਆਂ ਸ਼ਿਫਟਾਂ ਲਾਈਆਂ ਬਹੁਤ ਸਖਤ ਮਿਹਨਤ ਕੀਤੀ ਤੇ ਅੱਜ ਉਹਨਾਂ ਕੋਲੇ ਗੋਰਿਆਂ ਤੋਂ ਵੱਡੀਆਂ ਫੈਕਟਰੀਆਂ, ਬਿਜ਼ਨਸ, ਮਹਿੰਗੀਆਂ ਗੱਡੀਆਂ ਤੇ ਬਹੁਤ ਵੱਡਾ ਲਾਈਫਸਟਾਈਲ ਹੈ ਇਹ ਕਿਉਂ ਹੋਇਆ ਕਿਉਂਕਿ ਉਹਨਾਂ ਕੰਟਰੀਜ਼ ਦੇ ਵਿੱਚ ਉਹਨਾਂ ਦੇਸ਼ਾਂ ਦੇ ਵਿੱਚ ਵਰਕ ਕਲਚਰ ਉਹ ਜੇ ਤੁਹਾਨੂੰ ਕੋਈ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਸਰਕਾਰ ਹੈਲਪ ਕਰਦੀ ਹੈ ਸਰਕਾਰ ਸਹੂਲਤ ਦਿੰਦੀ ਹੈ ਕੋਈ ਦੋ ਮੁੰਡੇ ਰੈਸਟੋਰੈਂਟ ਖੋਲਣਾ ਚਾਹੁੰਦੇ ਨੇ ਤਾਂ ਸਰਕਾਰ ਕਹਿੰਦੀ ਹੈ ਇਹਨੂੰ ਡਬਲ ਕਰ ਲਾ ਅਸੀਂ ਤੈਨੂੰ ਲੋਨ ਦਿੰਨੇ ਆ ਵਿਦਆਊਟ ਇੰਟਰਸਟ ਵਿਆਜ ਤੋਂ ਬਿਨਾਂ ਲੋਨ ਦਿੰਨੇ ਆ ਜਦੋਂ ਤੁਹਾਡਾ ਰੈਸਟੋਰੈਂਟ ਫਾਇਦੇ 'ਚ ਆ ਗਿਆ ਪ੍ਰੋਫਿਟ 'ਚ ਆ ਗਿਆ ਤਾਂ ਤੁਸੀਂ ਪ੍ਰੋਫਿਟ ਦੇ ਵਿੱਚੋਂ ਲੋਨ ਦੀਆਂ ਕਿਸ਼ਤਾਂ ਮੋੜਨ ਲੱਗ ਜਾਈਂ ਇਹਦੇ ਨਾਲ ਉਹ ਕਿੰਨੇ ਬੰਦਿਆਂ ਨੂੰ ਹੋਰ ਕੰਮ ਦਿੰਦੇ ਨੇ ਸੋ ਉਹ ਜਿਹੜੇ ਨੇ ਮੁਲਕ ਜਿੰਨਾ ਦੇ ਵੀਜ਼ੇ ਲੈਣ ਵਾਸਤੇ ਅਸੀਂ 25 25 30 30 40 40 ਲੱਖ ਰੁਪਏ ਚੱਕੀ ਫਿਰਦੇ ਆ ਅਸਲ 'ਚ ਉਹ ਵਰਕ ਕਲਚਰ ਕਰਕੇ ਅੱਗੇ ਨੇ ਅਸੀਂ ਇੱਥੇ ਵਿਲੇ ਰਹਿਣ ਨੂੰ ਹੀ ਐਸ਼ ਕਰ ਲਿਆ ਕਿ ਉਹ ਤਾਂ ਐਸ਼ ਕਰਦਾ ਹੈ ਵਿਲਾ ਜਦਕਿ ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਸਭ ਤੋਂ ਅਮੀਰ ਹੈ ਅਮਰੀਕਾ ਦਾ ਬੰਦਾ ਉਹ ਵੀ ਕਹਿੰਦਾ ਮੈਂ ਜੌਬ ਤੇ ਚੱਲਿਆ ਤੇ ਜਿਹੜਾ ਕੋਈ ਛੋਟਾ ਮੋਟਾ ਕੰਮ ਕਰਦਾ ਉਹ ਵੀ ਕਹਿੰਦਾ ਮੈਂ ਜੌਬ ਤੇ ਚੱਲਿਆ ਸੋ ਉਥੇ ਬੌਸ ਕਲਚਰ ਨਹੀਂ ਹੈਗਾ ਸੋ ਮੈਂ ਪੰਜਾਬ ਦੇ ਨੌਜਵਾਨਾਂ ਨਾਲ ਇੱਕ ਖੁੱਲੀ ਗੱਲਬਾਤ ਕਰਨੀ ਚਾਹੁੰਦਾ ਕਿ ਸਰਕਾਰ ਤੁਹਾਡੀ ਹੈ ਆਓ ਆਪਾਂ ਬੇਉਤਬੰਦੀ ਕਰੀਏ ਆਪਾਂ ਹਾਈ ਪ੍ਰੋਫਾਈਲ ਜੌਬਾਂ ਵਾਸਤੇ ਆਪਾਂ ਟਰਾਈ ਕਰੀਏ ਪਤਾ ਨਹੀਂ ਕਿਉਂ ਅਸੀਂ ਪੜ੍ਹਾਈ ਤੋਂ ਦੂਰ ਹੁੰਦੇ ਜਾ ਰਹੇ ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਪੀਟੀਯੂ ਸਿਰਫ 34 ਤੋਂ 35% ਦਾਖਲੇ ਰਹਿ ਗਏ ਉੱਥੇ ਜ਼ਮਾਨਾ ਟੈਕਨੀਕਲ ਐਜੂਕੇਸ਼ਨ ਦਾ ਹੈ ਤੇ ਅਸੀਂ ਯੂਨੀਵਰਸਿਟੀਆਂ ਚ ਐਡਮਿਸ਼ਨ ਲੈਣੋਂ ਹਟ ਗਏ लवली ਯੂਨੀਵਰਸਿਟੀ ਹੈ ਜਲੰਧਰ ਦੀ ਉਹਦੇ ਚ 40000 ਤੋਂ ਵੱਧ ਸਟੂਡੈਂਟ ਨੇ ਸਿਰਫ 5200 ਤੋਂ 5500 ਪੰਜਾਬ ਤੋਂ ਨੇ ਸੋ ਸਾਨੂੰ ਲੋਡ ਹੈ ਹੁਣ ਉੱਚੀਆਂ ਪਦਵੀਆਂ ਲੈ ਕੇ ਉਹਨਾਂ ਪਦਵੀਆਂ ਤੇ ਬਹਿ ਕੇ ਫੈਸਲੇ ਕਰਨ ਦੇ ਪੰਜਾਬ ਸਰਕਾਰ ਵੱਲੋਂ ਅਸੀਂ ਤੁਹਾਨੂੰ ਸਹੂਲਤਾਂ ਦੇਵਾਂਗੇ ਪੰਜਾਬ ਸਰਕਾਰ ਵੱਲੋਂ ਅਸੀਂ ਤੁਹਾਨੂੰ ਕੋਈ ਵੀ ਕੰਮ ਇਹੋ ਜਿਹਾ ਤੁਹਾਡਾ ਆਈਡੀਆ ਇਸ ਕਰਕੇ ਨਹੀਂ ਉਹ ਵਿੱਚੇ ਰਹਿ ਜਾਊਗਾ ਜਾਂ ਡਿਵੈਲਪ ਨਹੀਂ ਹੋ ਸਕਦਾ ਕਿ ਸਾਡੇ ਕੋਲੇ ਪੈਸੇ ਨਹੀਂ ਸੀ ਸਰਕਾਰ ਪੈਸੇ ਦੇਊਗੀ ਤੁਹਾਨੂੰ ਤੁਸੀਂ ਸਟਾਰਟਅੱਪ ਸ਼ੁਰੂ ਕਰੋ ਤੁਸੀਂ ਕੋਈ ਛੋਟਾ-ਮੋਟਾ ਬਿਜ਼ਨਸ ਸ਼ੁਰੂ ਕਰੋ ਉਹਨੂੰ ਅੱਗੇ ਵਧਾਵਾਂਗੇ ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਹੋਣ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਹੋਣ ਮੈਂ ਸਵੇਰੇ 5 ਵਜੇ ਦੇ ਲਗਭਗ ਉੱਠ ਖੜਦਾ ਸਾਢੇ 5 ਪੌਣੇ 6 ਵਜੇ ਮੈਂ ਫਾਈਲਾਂ ਮੰਗਵਾ ਲੈਣਾ ਉਹ ਫਾਈਲਾਂ ਸਰਕਾਰ ਦੀਆਂ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਭਵਿੱਖ ਦੱਬਿਆ ਪਿਆ ਸਾਨੂੰ ਲੀਡਰਾਂ ਨੇ ਦਿਖਾਇਆ ਹੀ ਨਹੀਂ ਉਹਨਾਂ ਫਾਈਲਾਂ 'ਚੋਂ ਮੈਂ ਲੱਭਣ ਦੀ ਕੋਸ਼ਿਸ਼ ਕਰਦਾ ਮੈਂ ਦਿਨ 'ਚ 10 10 12 12 ਘੰਟੇ ਕੰਮ ਕਰਦਾ ਕਈ ਵਾਰੀ ਜਿਹੜਾ ਜ਼ਿਆਦਾ ਟਾਈਮ ਵੀ ਲੱਗ ਜਾਂਦਾ ਹੈ। ਕਈ ਵਾਰੀ ਸੈਚਰਡੇ ਸੰਡੇ ਵੀ ਲਗਾਤਾਰ 5 5 6 6 7 7 ਸੈਚਰਡੇ ਸੰਡੇ ਵੀ ਜਿਹੜੇ ਨੇ ਉਹ ਸੈਕਟਰੀਏਟ ਦੇ ਦਫ਼ਤਰ 'ਚ ਕੰਮ ਤੇ ਹੁੰਨੇ ਆ। ਮੈਨੂੰ ਅੱਛਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਮੈਨੂੰ ਇੱਕ ਕੰਮ ਦਿੱਤਾ ਹੈ, ਮੇਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਪਈ ਹੈ ਤਾਂ ਮੈਂ ਉਹਨੂੰ ਨਿਭਾ ਰਿਹਾ। ਸੋ ਆਪਾਂ ਇਹ ਵਰਕ ਕਲਚਰ ਜਿਹੜਾ ਡਿਵੈਲਪ ਕਰੀਏ। ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਬਹੁਤ ਵੱਡੀ ਗੱਡੀ 'ਚ ਬਹਿ ਕੇ ਜਦੋਂ ਆਪਣੇ ਆਫਿਸ ਜਾਣ ਉਹਨਾਂ ਦੇ ਬਹੁਤ ਵੱਡੇ ਦਫ਼ਤਰ ਦੇ ਬਹੁਤ ਵੱਡੇ ਗੇਟ ਖੁੱਲਣ ਨਾ ਕਿ ਕੋਈ ਜੇਲ੍ਹਾਂ ਦੇ ਗੇਟ ਖੁੱਲਣ ਨੌਜਵਾਨਾਂ ਵੀਰਾਂ ਨੂੰ ਮੈਂ ਕਹਿਣਾ ਚਾਹੁੰਨਾ ਕਿ ਆਪਣੇ ਰੋਲ ਮਾਡਲ ਖੁਦ ਬਣੋ ਆਪਣੇ ਰੋਲ ਮਾਡਲ ਖੁਦ ਬਣੋ ਅਸੀਂ ਹਰ ਦੋ ਮਹੀਨੇ ਬਾਅਦ ਰੋਲ ਮਾਡਲ ਬਦਲ ਲੈਂਦੇ ਆ ਤੇ ਉਹ ਰੋਲ ਮਾਡਲ ਸਾਡੇ ਜਜ਼ਬਾਤਾਂ ਨਾਲ ਖੇਡ ਕੇ ਜਾਂ ਸਾਡੇ ਨਾਂ ਤੇ ਕਮਾਈਆਂ-ਕਮੁਈਆਂ ਕਰਕੇ ਉਹ ਤੁਹਾਨੂੰ ਛੱਡ ਜਾਂਦੇ ਨੇ ਵਿਚਾਲੇ ਸੋ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਮਹੀਨੇ ਦੇ ਵਿੱਚ ਦੋ ਹਰ 15 ਦਿਨਾਂ ਬਾਅਦ ਨੌਜਵਾਨ ਸਭਾ ਮਾ ਕਰਿਆ ਕਰਾਂਗੇ ਨੌਜਵਾਨ ਸਭਾ ਆਪਾਂ ਕਰਾਂਗੇ ਉੱਚ ਸਾਰੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਜਿੰਨਾਂ ਕੋਲ ਇਹ ਅਲੱਗ-ਅਲੱਗ ਆਈਡੀਆ ਨੇ ਉਹਨਾਂ ਨੂੰ ਮਿਲਾਗੇ ਉਹਨਾਂ ਤੋਂ ਆਈਡੀਆਜ਼ ਲਵਾਂਗੇ ਤੇ ਉਹਨਾਂ ਆਈਡੀਆਸ ਨੂੰ ਡਿਵੈਲਪ ਕਰਕੇ ਸਰਕਾਰ ਤੁਹਾਡੀ ਹੈਲਪ ਕਰੂਗੀ ਭਾਵੇਂ ਉਹ ਟਰਾਂਸਪੋਰਟ ਦੇ ਵਿੱਚ ਹੋਵੇ ਭਾਵੇਂ ਉਹ ਕਿਸੇ ਹੋਰ ਖੇਤੀ ਸੈਕਟਰ ਚ ਹੋਵੇ ਭਾਵੇਂ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਨ੍ਹਾਂ ਦੇ ਇਰਾਦੇ ਬਹੁਤ ਦ੍ਰਿੜ ਨੇ ਤੇ ਜਿਨ੍ਹਾਂ ਦੇ ਵਿੱਚ ਜਨੂਨ ਹੈ ਉਹ ਉੱਚੀਆਂ ਪਦਵੀਆਂ ਤੇ ਹੋਣ ਸੋ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਮਿਲਿਆ ਕਰਾਂਗੇ ਸਰਕਾਰ ਵੱਲੋਂ ਸਹੂਲਤਾਂ ਮਿਲਣਗੀਆਂ ਸਰਕਾਰ ਤੁਹਾਡੀ ਹੈ ਬਿਉਤਵੰਦੀ ਬਣਾਈਏ ਤੇ ਪੰਜਾਬ ਦੇ ਨੌਜਵਾਨ ਪੂਰੀ ਦੁਨੀਆ ਤੇ ਜਿੱਥੇ ਵੀ ਜਾਣ ਉਹ ਆਪਣੀ ਛਾਪ ਛੱਡਣ ਤੇ ਜਿੱਥੇ ਵੀ ਜਾਣ ਉਹਨਾਂ ਦੀ ਕਦਰ ਹੋਵੇ ਉਹਨੂੰ ਸਲੂਟ ਪੈਣ ਤੇ ਉਹਨਾਂ ਦੇ ਮਾਨ ਸਤਕਾਰ ਦੇ ਵਿੱਚ ਵਾਦਾ ਹੋਵੇ ਇਨਕਲਾਬ ਜ਼ਿੰਦਾਬਾਦ